ਅੱਗੇ ਵੱਧਦੇ ਹਾਂ। ਇਸ ਵਿੱਚ ਵਾਲੇ ਪਾਰਲੀਮੈਂਟਰੀ ਬੋਰਡ ਦੀ ਬੈਠਕ ਹੁੰਦੀ ਹੈ ਬੀਜੇਪੀ ਦੀ, ਅਤੇ ਉਸਦੇ ਵਿੱਚ ਪ੍ਰਧਾਨ ਮੰਤਰੀ ਦੇ ਵੱਲੋਂ, ਖਜ਼ਾਨਾ ਮੰਤਰੀ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਨੋਟਬੰਦੀ ਦਾ, ਡੀਮੋਨੀਟਾਈਜੇਸ਼ਨ ਦਾ। ਖਜ਼ਾਨਾ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਨੋਟਬੈਨ ਦੇ ਫੈਸਲੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਦੇਸ਼ ਦੇ ਗਰੀਬਾਂ ਦਾ ਹੋਵੇਗਾ। ਬੀਜੇਪੀ ਪਾਰਲੀਮਾਨੀ ਕਮੇਟੀ ਦੀ ਬੈਠਕ ਦੇ ਵਿੱਚ ਬੋਲਦੇ ਹੋਏ ਅਰੁਣ ਜੇਟਲੀ ਨੇ ਕਿਹਾ ਕਿ ਕੁਝ ਦਿਨਾਂ ਤੱਕ ਮੁਸ਼ਕਲ ਹਾਲਾਤ ਨੇ, ਪਰ ਅੱਗੇ ਚੱਲ ਕੇ ਇਸ ਦਾ ਫਾਇਦਾ ਦੇਸ਼ ਦੇ ਗਰੀਬਾਂ ਨੂੰ ਮਿਲੇਗਾ। ਵਾਮਪੰਥੀਓ ਕੋ ਤੋ ਕਹਿਣਾ ਚਾਹੀਏ ਥਾ ਕਿ ਦੇਸ਼ ਕੇ ਮਜ਼ਦੂਰ ਕੋ ਨਿਊਨਤਮ ਵੇਤਨ ਕਈ ਵਾਰ ਨਹੀਂ ਮਿਲਤਾ, ਟ੍ਰੇਡ ਯੂਨੀਅਨ ਕਹਿਤੀ ਹੈ, ਔਰ ਇਹ ਸੱਚਾਈ ਵੀ ਹੈ। ਆਜ ਜਬ ਡਿਜੀਟਲ ਟ੍ਰਾਂਸਫਰ ਹੋਗਾ ਹਰ ਮਜ਼ਦੂਰ ਕੇ ਖਾਤੇ ਮੇਂ, ਤੋ ਸਪਸ਼ਟ ਆ ਜਾਏਗਾ ਕਿ ਕਿਸਕੋ ਕਿਤਨਾ ਵੇਤਨ ਮਿਲਾ ਹੈ। ਜਬ ਉਨ੍ਹੋਂਨੇ ਚਰਚਾ ਕੀ ਮੰਗ ਕੀ ਤੋ ਹਮਨੇ ਕਹਾ ਤੁਰੰਤ ਸ਼ੁਰੂ ਕੀਤੀ ਹੈ। ਅਗਰ ਸੰਸਦ ਮੇਂ ਚਰਚਾ ਨਹੀਂ ਹੋਣੇ ਦੇਂਗੇ ਤੋ ਜਿਤਨਾ ਇਤਿਹਾਸਿਕ ਕਦਮ ਮਾਨਯ ਪ੍ਰਧਾਨ ਮੰਤਰੀ ਜੀ ਨੇ ਉਠਾਇਆ ਹੈ, ਹਮ ਸਭ ਕੀ ਜ਼ਿੰਮੇਵਾਰੀ ਹੈ ਕਿ ਜਨਤਾ ਨੇ ਇਸਕੀ ਮੋਦੀ ਜੀ ਆਪਣੇ ਮੰਤਰੀਓ ਸੇ ਵੀ ਬਾਤ ਨਹੀਂ ਕਰਤੇ, ਵਿੱਤ ਮੰਤਰੀ ਕੋ ਵੀ ਨਹੀਂ ਮਾਲੂਮ ਥਾ, ਫਿਰ ਅਗਲਾ ਵਾਕਯ ਕਹਤੇ ਹੈ ਆਪਣੀ ਪਾਰਟੀ ਕੋ ਬਤਾ ਦਿਆ ਥਾ। ਬੀਜੇਪੀ ਪਾਰਲੀਮਾਨੀ ਕਮੇਟੀ ਦੀ ਬੈਠਕ ਦੇ ਵਿੱਚ ਸਰਵਸੰਮਤੀ ਦੇ ਨਾਲ ਨੋਟਬੈਨ ਦੇ ਫੈਸਲੇ ਤੇ ਪੀਐਮ ਮੋਦੀ ਨੂੰ ਵਧਾਈ ਦਿੰਦੇ ਹੋਏ ਇੱਕ ਮਤਾ ਵੀ ਪਾਸ ਕੀਤਾ ਗਿਆ। ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਕਾਲੇ ਧਨ ਤੇ ਲਗਾਮ ਲਗਾਉਣ ਦੇ ਲਈ ਮੌਰੀਸ਼ਸ ਤੇ ਸਾਈਪ੍ਰਸ ਰੂਟ ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਅਰੁਣ ਜੇਟਲੀ ਨੇ ਕਿਹਾ ਕਿ ਮੋਦੀ ਸਰਕਾਰ ਨੇ 2.5 ਸਾਲ ਵਿੱਚ ਉਹ ਸਾਰੇ ਕਦਮ ਚੁੱਕੇ ਨੇ ਜੋ 70 ਸਾਲ ਦੇ ਵਿੱਚ ਕਿਸੇ ਨੇ ਨਹੀਂ ਚੁੱਕੇ ਸਨ। ਵਿੱਤ ਮੰਤਰੀ ਮੁਤਾਬਕ ਨੋਟਬੰਦੀ ਦੇ ਨਾਲ ਅਪਰਾਧ, ਰਿਸ਼ਵਤਖੋਰੀ ਤੇ ਦਹਿਸ਼ਤਗਰਦੀ 'ਚ ਕਮੀ ਆਏਗੀ। ਬਿਊਰੋ ਰਿਪੋਰਟ, ਜ਼ੀ ਮੀਡੀਆ।